ਸਤਿ ਸ਼੍ਰੀ ਅਕਾਲ। ਮਸਕਾ ਚਸਕਾ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਅੱਜ ਗੁਰਦਾਸਪੁਰ ਸਿਟੀ ਪੁਲਿਸ ਨੂੰ ਬੜੀ ਵੱਡੀ ਕਾਮਯਾਬੀ ਮਿਲੀ। ਉਹਨਾਂ ਨੇ ਇੱਕ ਚੋਰ ਕਾਬੂ ਕੀਤਾ, ਜਿਸ ਤੋਂ 3 ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ। ਸਾਡੇ ਰਿਪੋਰਟਰ ਜਗਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਗੁਰਦਾਸਪੁਰ। ਬੇਹਾਲੀ ਜਿਹਦੀ ਟਾਇਰ ਪੈਂਚਰਾਂ ਦੀ ਦੁਕਾਨ ਮਾਨ ਕੌਰ ਸਿੰਘ ਵਿਖੇ ਹੈ, ਉਹਨੇ ਸਾਡੇ ਪਾਸ ਬਿਆਨ ਲਿਖਵਾਇਆ ਕਿ ਉਹਦਾ ਮੋਟਰਸਾਈਕਲ ਡੀਲੈਕਸ BB06Q1325 ਜਿਹੜਾ ਕਿ ਉਹਨੇ ਦੁਕਾਨ 'ਤੇ ਲਗਾਇਆ ਸੀਗਾ, ਉਹ ਕੋਈ ਚੋਰੀ ਕਰਕੇ ਲੈ ਗਿਆ। ਉਹਨੂੰ ਆਪਣਾ ਸਿਟੀ ਫੁਟੇਜ ਦੇ ਆਧਾਰ 'ਤੇ ਦੱਸਿਆ ਵੀ ਜਿਹੜੀ ਚੋਰੀ ਮੇਰੀ ਇਹ ਕੀਤੀ ਮੋਟਰਸਾਈਕਲ ਦੀ, ਉਹ ਸੰਨੀ ਮਸੀਹ ਸਾਨੂੰ ਪ੍ਰੇਮ ਸੀ ਵਾਸੀ ਪਾੜਾ, ਜਿਹੜਾ ਕਿ ਹੁਣ ਬੈਕ ਸਾਈਡ ਥਾਣੇ ਸਦਰ ਦੇ ਪਿੱਛੇ ਪ੍ਰੇਮ ਨਗਰ ਰਹਿੰਦਾ ਵਾ, ਉਹਨੇ ਕੀਤਾ। ਅਸੀਂ ਮੁਕੱਦਮਾ ਜਿਹੜਾ ਦਰਜ ਕਰਕੇ ਤਫਤੀਸ਼ ਅਮਲ 'ਚ ਲਿਆਂਦੀ ਅਤੇ ਗੁਰੂ ਨਾਨਕ ਪਾਰਕ ਲਾਗੋਂ ਇਹਨੂੰ ਸਮੇਤ ਮੋਟਰਸਾਈਕਲ ਗ੍ਰਿਫਤਾਰ ਕੀਤਾ। ਗ੍ਰਿਫਤਾਰ ਕਰਕੇ ਇਹਦੇ ਕੋਲ ਫਰਦਰ ਪੁੱਛਗਿੱਛ ਕੀਤੀ ਅਤੇ ਇਹਨੂੰ 2 ਮੋਟਰਸਾਈਕਲ ਚੋਰੀ ਦੇ ਹੋਰ ਬਰਾਮਦ ਕਰਵਾਏ ਕਿ ਮੈਂ ਵੱਖ ਵੱਖ ਥਾਵਾਂ ਤੋਂ ਚੋਰੀ ਕੀਤੀ। ਇਹ ਦੋਵੇਂ ਮੋਟਰਸਾਈਕਲ ਉਹਨੇ ਆਪਣੇ ਪ੍ਰੇਮ ਨਗਰ ਕਿਰਾਏ 'ਤੇ ਰਹਿੰਦਾ ਵਾ, ਉੱਥੋਂ ਬਰਾਮਦ ਕਰਵਾਏ। ਇਸ ਤੋਂ ਇਹਨੂੰ ਕੋਰਟ ਵਿੱਚ ਪੇਸ਼ ਕਰਕੇ ਤਾਂ ਰਿਮਾਂਡ ਲਿਆ ਗਿਆ ਵਾ। ਉਮੀਦ ਆ ਕਿ ਇਹਦੇ ਕੋਲ ਹੋਰ ਵੀ ਚੋਰੀ ਦੇ ਮੋਟਰਸਾਈਕਲ ਬਰਾਮਦ ਹੋਣਗੇ। ਸਰ ਇਹ 'ਤੇ ਕੋਈ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਕਿ ਜਾਂ ਪਹਿਲਾਂ ਵਾ? ਨਹੀਂ, ਇਹਦੇ 'ਤੇ ਪਹਿਲੇ ਚੋਰੀ ਇਸ ਦਾ ਕੋਈ ਮੁਕੱਦਮਾ ਨਹੀਂ ਦਰਜ। ਇਹ ਜਿਹੜਾ ਵਾ ਪਹਿਲਾ ਮੁਕੱਦਮਾ ਦਰਜ ਆ। ਜਿਹੜੇ ਵੀ ਇਹਦਾ ਵਾਰਦਾਤ ਦਾ ਤਰੀਕਾ ਹੈ ਵੀ ਪਹਿਲੇ ਉੱਥੇ ਮੋਟਰ ਦੀ ਰੈਕੀ ਕਰਦਾ ਵਾ, ਮੋਟਰਸਾਈਕਲ ਦੀ ਫਿਰ ਚਾਬੀ ਲਾ ਕੇ ਅਤੇ ਫਟਾਫਟ ਲੈ ਕੇ ਨਿਕਲ ਜਾਂਦਾ। ਸਰ ਇਹਦੇ ਨਾਲ ਹੋਰ ਵੀ ਕੋਈ ਹੈਗੇ ਬੰਦੇ ਜਿਹੜੇ ਇਹ 'ਚ ਸ਼ਾਮਿਲ ਹੋਣਗੇ? ਇਹਦਾ ਜੋ ਇਹਦਾ ਮੋਬਾਇਲ ਆ ਉੱਤੋਂ ਅਸੀਂ ਨੰਬਰ ਕੱਢ ਕੇ ਹੋਰ ਵੀ ਵੇਖ ਰਹੇ ਹਾਂ ਵੀ ਸ਼ਾਇਦ ਇਹਦਾ ਕੋਈ ਸਾਥੀ ਹੋਰ ਵੀ ਹੋਣ। ਫਿਰ ਵੀ ਅਸੀਂ ਜਿਹਦੀ ਪੁੱਛਗਿੱਛ ਕਰ ਰਹੇ ਹਾਂ, ਪੁੱਛਗਿੱਛ ਜੋ ਫਰਦਰ ਜਿਹਦਾ ਨਾਂ ਆਏਗਾ ਉਹਨੂੰ ਬਿਲਕੁਲ ਮੁਕੱਦਮੇ 'ਚ ਸ਼ਾਮਿਲ ਕੀਤਾ ਗਿਆ। ਸਰ ਕੀ ਮਾਮਲਾ ਦਰਜ ਕੀਤਾ, ਕਿਹੜਾ ਕਿਹੜਾ ਮਾਮਲਾ ਦਰਜ ਕੀਤਾ? ਇਹਦੇ 379-411 UPC ਦਾ ਮਾਮਲਾ ਦਰਜ ਕੀਤਾ।